ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਓਮ ਗਲੋਬਲ ਤੋਂ ਰਵੀ ਅੰਮ੍ਰਿਤਸਰ ਬ੍ਰਾਂਚ ਤੋਂ ਅੱਜ ਤੁਹਾਡੇ ਸਾਹਮਣੇ ਇੱਕ ਨਵੀਂ ਸਕਸੈਸ ਸਟੋਰੀ ਲੈ ਕੇ ਹਾਜ਼ਰ ਹੋਇਆ ਸਾਡੇ ਨਾਲ ਜੀ ਹਰਮਨਦੀਪ ਕੌਰ ਹਰਮਨਦੀਪ ਕੌਰ ਜੀ ਪਹਿਲਾਂ ਤਾਂ ਕੰਗਰੈਚੁਲੇਸ਼ਨ ਤੁਹਾਨੂੰ ਤੁਹਾਡੇ ਵੀਜ਼ੇ ਦੀਆਂ ਇਹ ਇਹਨਾਂ ਦਾ ਵੀਜ਼ਾ ਮੈਮ ਇੱਕ ਚੀਜ਼ ਦੱਸੋ ਤੁਹਾਡੀ ਐਜੂਕੇਸ਼ਨ ਕੀ ਸੀ ਜੀ ਮੇਰਾ ਰੀਸੈਂਟਲੀ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਸੀ ਤੇ ਐਲਟਸ ਕਿੰਨੇ ਪਾਸ ਸੀ ਮੇਰੇ ਓਵਰਆਲ 6 ਪਾਸ ਓਵਰਆਲ 6 ਪਾਸ ਫਾਈਨਲ ਪ੍ਰੋਡਕਟ ਕਿੰਨੇ ਮੋਡਿਊਲ ਚ ਸੀ ਇੱਕ ਮੋਡਿਊਲ ਚ ਰੀਡਿੰਗ ਚ ਮੇਰੇ 5.5 ਸੀ ਠੀਕ ਹੈ ਤੇ ਮੈਮ ਤੁਹਾਡੀ ਕੋਈ ਕਹਿਦਾ ਰਿਫਿਊਜ਼ਲ ਮੇਰੀ ਦੋ ਰਿਫਿਊਜ਼ਲਸ ਹੈ ਓਮ ਗਲੋਬਲ ਬਾਰੇ ਕਿੱਦਾਂ ਪਤਾ ਲੱਗਾ ਮੈਂ ਆਨਲਾਈਨ ਬ੍ਰਾਊਜ਼ ਕਰਦੀ ਪਈ ਸੀ ਤੋਂ ਉਥੋਂ ਨੂੰ ਥੋੜੀ ਥੋੜੀ ਪੇਜ ਬਾਰੇ ਪਤਾ ਲੱਗਾ ਐਂਡ ਕਰਨਾ ਥੋੜੀ ਵਿਜ਼ਿਟ ਕਰਨਾ ਚਾਹੀਦਾ ਉਸ ਬ੍ਰਾਂਚ ਤੇ ਕਿੱਦਾਂ ਲੱਗ ਰਿਹਾ ਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਐਕਸਪੈਕਟੇਸ਼ਨਸ ਨਹੀਂ ਸੀ ਬਟ ਆਈ ਐਮ ਗਲੈਡ ਕਿ ਤੁਸੀਂ ਬਹੁਤ ਵਧੀਆ ਮੇਰਾ ਕੋਪਰ ਕੀਤਾ ਸਾਰਾ ਕੁਝ ਪ੍ਰੋਸੈਸ ਚੰਗੀ ਤਰ੍ਹਾਂ ਸਮਝਾਇਆ ਐਂਡ ਅੱਜ ਵੀ ਤਾਂ ਮੇਰੇ ਕੋਲ ਜਿੰਨੀ ਵੀ ਤੁਹਾਡੀ ਪੇਮੈਂਟ ਹੋਈ ਕਿਸ ਤਰ੍ਹਾਂ ਹੋਈ ਸੀ ਆਫਟਰ ਵੀਜ਼ਾ ਸੀ ਪਹਿਲਾਂ ਕੁਝ ਦਿੱਤਾ ਸੀ ਸਾਰੀ ਪੇਮੈਂਟ ਆਫਟਰ ਵੀਜ਼ਾ ਸਾਰੀ ਪੇਮੈਂਟ ਆਫਟਰ ਵੀਜ਼ਾ ਠੀਕ ਹੈ ਓਮ ਗਲੋਬਲ ਹੁਣ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਪਲੀਜ਼ ਇੱਕ ਵਾਰੀ ਅੰਮ੍ਰਿਤਸਰ ਬ੍ਰਾਂਚ ਜਾਂ ਤੁਹਾਡੇ ਨੀਅਰ ਬਾਈ ਜਿਹੜੀ ਬ੍ਰਾਂਚ ਵਿਜ਼ਿਟ ਕਰੋ ਓਮ ਗਲੋਬਲ ਸਕੂਲ ਤੇ ਇਹਨਾਂ ਕੋਲ ਚੰਗੀ ਤਰ੍ਹਾਂ ਪ੍ਰੋਸੈਸ ਸਮਝੋ ਬਹੁਤ ਵਧੀਆ ਗਾਈਡ ਕਰਦੇ ਨੇ ਐਂਡ ਡੈਫੀਨਿਟਲੀ ਤੁਸੀਂ ਆਪਣਾ ਵੀਜ਼ਾ ਚਾਹੁੰਦੇ ਹੋ ਜਿਹੜੀ ਵੀ ਕੰਟਰੀ ਦਾ ਤੁਹਾਨੂੰ ਮਿਲੇਗਾ ਜ਼ਰੂਰ ਥੈਂਕ ਯੂ